ਹਾਜੂ ਜਿਹੜੀ ਗੱਲ ਆਪਾਂ ਕਰਨੀ ਸੀ ਜਾਂ ਦਿਖਾਉਣੀ ਬੜੀ ਜ਼ਰੂਰੀ ਆ ਆ ਬਾਈ ਪੰਜਾਬ ਯੂਨੀਵਰਸਿਟੀ ਦਾ ਸਾਡਾ ਬੰਦਾ ਤੇ ਬਾਈ ਜੀ ਨਾਂ ਦੱਸੋ ਤੁਹਾਡਾ ਸ਼ਾਹ ਮੁਹੰਮਦ ਸ਼ਾਹ ਮੁਹੰਮਦ ਤਾਂ ਸ਼ਾਹ ਮੁਹੰਮਦ ਸਾਹਿਬ ਸਾਡੇ ਰੋਜ਼ ਇੱਥੇ ਕਿਤਾਬਾਂ ਦਾ ਪੂਰਾ ਸਿਲਸਿਲਾ ਜਿਹੜਾ ਜਾਂ ਇੱਥੇ ਸਟਾਲ ਲੱਗਦਾ ਤੇ ਸੰਗ ਤਾਂ ਆਖੇ ਆਪਦੇ ਹੀ ਮਨਪਸੰਦ ਕਿਤਾਬਾਂ ਖਰੀਦਦੀਆਂ ਤੇ ਜਿਹੜੇ-ਜਿਹੜੇ ਇਨਕਲਾਬੀ ਯੋਧਿਆਂ ਦੀਆਂ ਕਿਤਾਬਾਂ ਤੁਸੀਂ ਦੇਖੋ ਜਾਂ ਸਿੱਖ ਇਤਿਹਾਸ ਆ ਜਾਂ ਈਵਨ ਕੋਈ ਇੰਗਲਿਸ਼ ਰਾਈਟਰਸ ਆ ਉਹਨਾਂ ਦੀਆਂ ਕਿਤਾਬਾਂ ਸਾਰੀਆਂ ਤਾਂ ਸਾਡੇ ਕੋਲੇ ਇੱਕ ਜਿਹੜਾ ਕਲਚਰ ਆ ਨਾ ਕਿਤਾਬਾਂ ਦਾ ਇਹ ਮਨਫੀ ਕਰਤਾ ਸਾਡੀ ਮਾਨਸਿਕਤਾ ਚੋਂ ਹੀ ਮਨਫੀ ਕਰਤਾ ਤਾਂ ਇਹਨੂੰ ਦੁਬਾਰਾ ਇਧਰੋਂ ਇਧਰ ਆਓ ਜੀ ਇਧਰ ਬਾਬਾ ਬੰਦਾ ਸਿੰਘ ਬਹਾਦਰ ਫਿਰ ਸਦਾ ਪਾਕ ਸਿੰਘ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਂਝ ਤੇ ਤਿੱਖੀ ਹੁੰਦੀ ਆ ਹਨਾ ਸੋ ਇਧਰ ਡਾਕਟਰ ਵੀ ਆਰ ਅੰਬੇਦਕਰ ਬਾਬਾ ਸੋਹਣ ਸਿੰਘ ਭਾਕਣਾ ਜੀ ਕੀ ਬਾਤ ਫਿਰ ਸਿੱਖ ਰਾਜ ਦੇ ਬਾਨੀ ਬਾਬਾ ਬੰਦਾ ਸਿੰਘ ਬਹਾਦਰ ਤੇ ਇਧਰ ਫੈਜ਼ احمد ਫੈਜ਼ ਹਮ ਦੇਖेंगे ਲਾਜ਼ਮ ਹੈ ਕਿ ਹਮ ਵੀ ਦੇਖेंगे ਉਹ ਦਿਨ ਜਿਸ ਦਾ ਵਾਦਾ ਹੈ ਜੋ ਲੋਹੇ ਅਜ਼ਲ ਕੇ ਅਜ਼ਲ ਮੇ ਲਿਖਾ ਹੈ جب ظالموں ستّم کے کوہوں گرا رونی کی طرح اٹھ جائیں گے فیض احمد فیض کیا بات ہے جی سو بھائی نے جڑی گل لکھی ہے اسپیشلی اپا سانجھ ہی کرنی ہے بھائی ہمارا ادھر ہٹے ہو ਤੁਸੀਂ شمبو مورچہ دنیا بھر دے کیرتیں اک ہو جاؤ معلوم نہ تھا کہ اتنا کچھ ہے گھر میں بیچنے کے لیے زمین سے لے کر ضمیر تک سب کچھ بک رہا ہے کوئی دیش بیچ رہا ہے ਮੈਂ ਕਿਤਾਬیں ਵੇਚ ਰਹਾ ਹਾਂ ਕੀ ਬਾਤ ਹੈ ਭਾਈ ਥੈਂਕ ਯੂ ਸੋ ਮਚ ਜਿਉਂਦੇ ਵਾਸਤੇ ਰਹੋ ਤੇ ਆਹੀਂ ਇਸ ਪੰਜਾਬ ਦੀ ਇਸ ਧਰਤੀ ਨੂੰ ਇਸ ਖੇਸ ਧਰਤੀ ਨੂੰ ਤੇ ਜਿਹੜੇ ਲੋਕ ਆ ਆਪਣੇ ਉਹਨਾਂ ਦੀ ਆ ਸੇਵਾ ਇੰਨ ਕਰਦੇ ਰਹੋ ਭਾਈ ਵੀ ਆ ਪ੍ਰਾਊਡ ਆਫ ਯੂ ਠੀਕ ਹੈ ਜੀ ਜਿਉਂਦੇ ਵਾਸਤੇ ਰਹੋ ਬਹੁਤ ਸਾਰਾ ਬਹੁਤ ਸਾਰਾ ਪਿਆਰ ਸਤਿਕਾਰ ਤੇ ਕੱਲ ਅਰਦਾਸ ਚ ਸ਼ਾਮਲ ਹੋਈਏ ਮਿਲ ਜਾਈਏ ਸਾਰੇ ਇਕੱਠੇ ਹੋ ਕੇ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਖੁਸ਼ ਰਹੋ ਆਬਾਦ ਰਹੋ ਸਾਸਤ੍ਰਿਕਾ